ਸਤਿ ਸ਼੍ਰੀ ਅਕਾਲ ਜੀ, ਆ ਗਏ ਇੱਕ ਵਲੋਗ ਲੈ ਕੇ ਵਧੀਆ ਜਿਹਾ। ਅਤੇ ਅੱਜ ਹੈਗਾ ਸੰਡੇ ਅਤੇ ਆਪਾਂ ਚੱਲੇ ਹਾਂ ਵੀਡੀਓ ਸ਼ੂਟ 'ਤੇ ਹਵੇਲੀ। ਤੁਹਾਨੂੰ ਪਹਿਲਾਂ ਵੀ ਦੱਸਿਆ ਵਲੋਗ ਦੇ ਵਿੱਚ ਅਤੇ ਆਪਾਂ ਸਾਰੇ ਜਾਣੇ ਚੱਲੇ, ਅਤੇ ਮੈਂ ਸੋਚਿਆ ਵਲੋਗ ਬਣਾਉਂਦੇ ਹਾਂ ਇੱਕ ਮਿੰਨੀ ਵਲੋਗ ਛੋਟਾ ਜਿਹਾ, ਅਤੇ ਮਸਤੀ ਮੁਸਤੀ ਕਰਾਂਗੇ ਵਾਧੂ। ਅਤੇ ਆਹ ਆਪਣਾ ਪ੍ਰਧਾਨ, ਇਹਦਾ ਨਾਮ ਹੈ ਗੁਮਨਾਮ, ਅਤੇ ਬਹੁਤ ਸੋਹਣਾ ਲਿਖਦਾ, ਬਹੁਤ ਸੋਹਣਾ ਗਾਉਂਦਾ, ਚੰਡੀਗੜ੍ਹ ਰਹਿੰਦਾ ਵਾ, ਅੱਜ ਕੱਲ੍ਹ ਸਾਡੇ ਨਾਲ ਸ਼ੂਟ ਵਗੈਰਾ ਕਰਦਾ, ਅਤੇ ਆਪਣੀ ਪੂਰੀ ਗੈਂਗ ਆ। ਅਤੇ ਚੱਲੇ ਹਾਂ ਹੁਣ ਆਪਾਂ ਬਾਹਰ ਨੂੰ, ਇਹ ਆਪਣਾ ਹੀਰੋ ਅਤੇ ਆਪਣੇ ਹਨੀ ਭਾਅ ਜੀ ਮੈਕਸ ਡੀ। ਹੈਪੀ ਸਰ, ਹੈਪੀ ਸਰ, ਅਤੇ ਬਹੁਤ ਮਜ਼ਾ ਆਏਗਾ ਤੁਹਾਨੂੰ ਵੀਡੀਓ ਦੇ ਨਾਲ, ਇੱਦਾਂ ਹੀ ਬਣੇ ਰਹੋ ਅਤੇ ਕਿਤੇ ਨਾ ਸਕਿੱਪ ਕਰਿਓ। ਦਾਰੂ ਬਦਨਾਮ ਕਰਤੀ ਵਿਚਾਰੇ ਨੂੰ, ਭੁੱਖਾ ਹੀ ਚੁੱਕ ਲਿਆਂਦਾ ਵਾ, ਚੁੱਕ ਲੱਗੀ ਰੋਟੀ ਖਾਂਦਿਆਂ ਨੂੰ ਖਾ ਕੇ ਲੈ ਗਈ ਕੁੜੀ ਦੇ ਨਾਲ। ਕਿਹੜੇ ਰੋਡ ਤੇ ਪਾ? ਪਠਾਨਕੋਟ। ਲਓ ਜੀ, ਇਸੇ ਦੇ ਨਾਲ ਪਹੁੰਚ ਚੁੱਕੇ ਹਾਂ ਆਪਾਂ ਆਪਣੀ ਲੋਕੇਸ਼ਨ 'ਤੇ, ਮੰਜ਼ਿਲ 'ਤੇ, ਤਾਜ ਹੈਰੀਟਾਜ। ਇੱਥੇ ਆਪਾਂ ਕਰਨਾ ਹੈ ਸ਼ੂਟ ਵੀਡੀਓ ਦਾ, ਅਤੇ ਸਭ ਤੋਂ ਪਹਿਲਾਂ ਮੈਂ ਅਤੇ ਨਨੂ ਆ ਗਏ ਹਾਂ, ਅਤੇ ਤੁਹਾਨੂੰ ਲੱਭ ਗਿਆ ਆਉਂਦੇ ਹੀ ਨਿਓਲਾ, ਉਹ ਤੁਸੀਂ ਵੇਖੋ ਕਿ ਗੋਰਨਾ, ਅਤੇ ਉਹ ਵੇਖੋ। ਅਤੇ ਹੁਣ ਸਾਰਿਆਂ ਨੇ ਡਰਨਾ ਵਾ, ਅਤੇ ਸਾਰਿਆਂ ਨੇ ਸੱਪ ਵੀ ਲੱਭਣਾ ਲੱਗ ਛੱਗ, ਸੱਪ ਵੀ ਜ਼ਰੂਰ ਹੋਣਾ ਵਾ, ਅਤੇ ਸਾਰੇ ਹੌਲੀ ਹੌਲੀ ਆਏ ਨੇ। ਹਾਂਜੀ ਹਾਂਜੀ, ਲੋ ਜੀ ਨਿਓਲੇ ਕੋ ਡਰੀ ਜਾਣ ਡੇ, ਨਿਗਾ ਜਾ ਨਿਓਲਾ ਵਾ ਕੋ ਡਰੀ ਜਾਣ ਡੇ ਜਾ ਰਿਹਾ ਨਿਓਲਾ। ਚਾਚੇ ਦਾ ਆ ਗਿਆ ਜੇ ਫੋਨ, ਤੇ ਮੋਟਰਸਾਈਕਲ ਹੋ ਗਿਆ ਚਾਚੇ ਦਾ ਖਰਾਬ ਰਸਤੇ 'ਚ, ਉਹ ਲੱਭ ਰਹੇ ਆ ਹੌਲੀ ਹੌਲੀ ਤੁਰਦੇ ਆਉਂਦੇ, ਅਤੇ ਮੂੰਹ ਵੇਖਣ ਵਾਲਾ ਇਹਨਾਂ ਦਾ, ਹੁਣ ਕੀ ਕਹੀਏ ਇਹਨੂੰ। ਭਾਅ ਨੂੰ ਮੈਂ ਕਿਹਾ ਵੀ ਆਇਆ ਸੀ ਕਿ ਚੇਂਜ ਕਰਾ ਲਾ, ਹੁਣ ਕੀ ਕਹਿ ਸਕਦੇ ਆ ਹੁਣ। ਇਸੇ ਦੇ ਨਾਲ ਹੀ ਚਾਚਾ ਸਾਨੂੰ ਕਹਿੰਦਾ ਕਿ ਕੋਈ ਦੁਕਾਨ ਲੱਭੋ ਹੁਣ, ਜਿੱਥੋਂ ਆਪਾਂ ਟਾਇਰ ਸਹੀ ਕਰਵਾਈਏ, ਪਵਾਈਏ ਨਵਾਂ। ਅਤੇ ਦੁਕਾਨ ਕੋਈ ਵੀ ਨਹੀਂ ਸੀ ਉੱਥੇ ਹਾਈਵੇ 'ਤੇ, ਵੱਡੀਆਂ ਵੱਡੀਆਂ ਦੁਕਾਨਾਂ ਹੁੰਦੀਆਂ ਵਾ ਟਰੱਕ ਟਰੁੱਕ ਵਾਲੀਆਂ, ਹੁਣ ਛੋਟੇ ਟਾਇਰਾਂ ਵਾਲੀਆਂ ਦੁਕਾਨਾਂ ਮੁਸ਼ਕਲ ਹੀ ਲੱਭਦੀਆਂ ਵਾ, ਅਤੇ ਨਹੀਂ ਲੱਭੀ। ਬੜਾ ਘੁੰਮ ਫਿਰ ਲਿਆ ਆਪਾਂ ਦੋਵਾਂ ਨੇ ਤੁਰ ਕੇ, ਆਪ ਚਾਚਾ ਰੇੜ ਕੇ ਵਿਚਾਰਾ ਮੋਟਰਸਾਈਕਲ ਜਾਣ ਡਿਆ ਸੀ, ਅਤੇ ਆਪਾਂ ਵੀ ਚੰਗਾ ਇੰਜੋਏ ਕਰਦੇ ਜਾਣ ਡੇ ਸੀ ਦੋਨੇ ਜਾਣੇ। ਅਤੇ ਇਹ ਕਹਿੰਦਾ ਨਾ ਮੇਰੀ ਵੀਡੀਓ ਨਾ ਬਣਾ, ਮੈਂ ਚੱਪਲ ਪਾਈ ਆ। ਮੈਂ ਚੱਪਲ ਪਾਈ ਆ ਤਾਂ ਫਿਰ ਕੀ ਆ, ਚੱਪਲ ਹੀ ਆ ਫਿਰ ਕੀ ਆ। ਅਤੇ ਚਾਚਾ ਸਾਡਾ ਉਹ ਸੜਕ ਪਾਰ ਉੱਧਰ ਜਾਣ ਡਿਆ, ਦੁਕਾਨ ਕੋਈ ਵੀ ਨਹੀਂ ਲੱਭੀ। ਬੜਾ ਆਪਾਂ ਘੁੰਮ ਫਿਰ ਲਿਆ, ਥੱਕ ਗਏ ਹੱਡ ਟੁੱਟ ਕੇ। ਚਾਚਾ ਕਹਿੰਦਾ ਕਿ ਫਿਰ ਕੋਈ ਗੱਲ ਨਹੀਂ, ਉਹ ਤਾਂ ਚਾਚਾ ਲੱਭਦਾ ਹੋਣਾ, ਉਹ ਵਿਚਾਰਾ ਰੇੜ ਕੇ ਜਾਣ ਡਿਆ ਮੋਟਰਸਾਈਕਲ।
ਅਤੇ ਹਾਰ ਕੇ ਆਪਾਂ ਫਿਰ ਡਿਸਾਈਡ ਕੀਤਾ ਕਿ ਆਪਾਂ ਟਾਇਰ ਲਾ ਕੇ ਅਤੇ ਉੱਥੇ ਲੈ ਜਾਂਦੇ ਹਾਂ ਲੋਕੇਸ਼ਨ 'ਤੇ, ਬਾਕੀ ਵੇਖ ਲੈਂਦੇ ਹਾਂ ਉੱਥੇ ਜਾ ਕੇ। ਅਤੇ ਚਾਚਾ ਕਹਿੰਦਾ ਨਹੀਂ ਟਾਇਰ ਹੁਣ ਕੀ ਲਾਉਣਾ ਵਾ, ਅਤੇ ਮੈਂ ਅੱਗੇ ਬਹਿ ਕੇ ਚੱਲ ਜਾਣਾ ਕਿਉਂਕਿ ਪਿਛਲਾ ਟਾਇਰ ਹੀ ਫਟਿਆ ਸੀ, ਅਤੇ ਥੋੜ੍ਹੀ ਜਿਹੀ ਅੱਗੇ ਜਿਹੀ ਬਹਿ ਕੇ। ਅਤੇ ਚਾਚਾ ਕਹਿੰਦਾ ਆਪਾਂ ਚੱਲ ਜਾਂਦੇ ਹਾਂ, ਅਤੇ ਮੈਂ ਚਲੋ ਕੋਈ ਗੱਲ ਨਹੀਂ ਫਿਰ ਇੱਦਾਂ ਕਰ ਲੈਂਦੇ ਹਾਂ। ਅਤੇ ਫਿਰ ਆਪਾਂ ਪਹਿਲਾਂ ਆਪਾਂ ਵੀਡੀਓ ਸ਼ੂਟ ਕਰਾਂਗੇ, ਉਸ ਤੋਂ ਬਾਅਦ ਫਿਰ ਚਾਚੇ ਦਾ ਕੋਈ ਇਲਾਜ ਕਰਾਂਗੇ, ਮੋਟਰਸਾਈਕਲ ਦਾ ਕਿੱਦਾਂ ਕਰਨਾ ਕਿੱਦਾਂ ਨਹੀਂ, ਲੋਕੇਸ਼ਨ 'ਚ ਜਾ ਕੇ ਵੀਡੀਓ ਸ਼ੂਟ ਕਰਾਂਗੇ ਪਹਿਲਾਂ। ਹੈ ਚਾਚਾ ਟੱਟੀ ਲੱਗੀ ਜੀ, ਟੱਟੀ ਇੱਧਰ ਵੇਖਾ ਭਰਾ, ਟੱਟੀ ਲੱਗੀ ਜੀ, ਟੱਟੀ ਆਉਂਦਾ ਕਿ ਬੋਰਡ ਦੇ ਵਿੱਚ ਘਰ ਜਿਹੜੀ ਆਵਾਜ਼ ਆਈ ਹੈ ਨਾ ਬਾਬਾ ਟਾਇਰ ਫਟਣ ਦੀ, ਉਹ 47 ਦਾ ਬ੍ਰਸ਼ਟ ਵੱਜਦਾ ਠੀਕ ਹੈ। ਚਲੋ ਚਲੋ ਟਾਇਰ ਫਟ ਗਿਆ, ਨਹੀਂ ਸ਼ਹਿਰੋਂ ਪਾਉਣਾ ਪੈਣਾ ਵਾ, ਬਣਾ ਕੇ ਲੈ ਜਾ। ਮੈਨੂੰ ਲੱਗਾ ਟਰੱਕ ਦਾ ਫਟਾ ਹੋਇਆ ਕੀ ਹੈ, ਟਾਇਰ ਹੀ ਫਟ ਗਿਆ। ਅੱਜ ਵੀ ਲਗਾਇਆ ਸਟੈਪ ਕਿਸ ਭਲੇ ਅੱਜ ਵੀ ਗੰਦਾ ਸਟੈਪ, ਉਹ ਫੇਵਰੇਟ ਸਟੈਪ ਫੇਵਰੇਟ ਕਰੋ, ਚਲੋ ਮੱਛੀ ਤਾਰੀ ਵਾਲਾ। ਕੰਨ ਕਰ ਗੱਲ ਸੁਣ ਮੱਖਣਾ, ਪਿਆਰ ਦਾ ਦਿਨਾਂ ਨੇ ਡੇਰੇ ਚੱਕਣਾ, ਲੱਗਣ ਵੀ ਇੱਥੋਂ ਦਾ ਗਿਆ। ਤੂੰ ਜੋ ਦਰਿਆ ਮੈਂ ਉਤਰੇ ਸਾਰਾ ਪਾਣੀ ਗੁਲਾਬੀ, ਤਲੀ ਟੱਲੀ ਹੋ ਨਹਿਰ ਮਛਲੀਆਂ ਵੀ ਸ਼ਰਾਬੀ, ਮੇਰੀ ਵਿਸਕੀ ਹੈ ਮੇਰੀ ਠਰੀ ਹੈ, ਤੂੰ ਮੈਨੂੰ ਚਾੜੀ ਗਈ ਮੇਰੀ ਸੋਹਣੀਏ, ਰੋਕ ਨਾ ਟੋਕ ਨਾ ਆ ਮੁਝ ਕੋ ਵੀ ਗਿੱਧਾ ਪਾਓ ਜੱਟੀਆਂ ਬਣੇ ਰੇ ਹਿਲਦੇ, ਟਾਲੀ 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 ਟਾਲੀ, ਓ ਗਿੱਧਾ ਪਾਓ ਜੱਟੀਆਂ ਬਣੇ ਰੇ ਹਿਲਦੇ, ਗਿੱਧਾ ਪਾਓ ਜੱਟੀਆਂ ਬਣੇ ਰੇ ਹਿਲਦੇ। ਰਾਵਣ ਤੇਰੀ ਲੰਕਾ ਕੋ ਆਗ ਲਗਾ ਦੇ, ਲਕਸ਼ਮਣ ਇੰਦਰ ਹੈਲੋ ਹੈ ਜੀ। ਲਓ ਜੀ ਫਸਟ ਸ਼ੂਟ ਆਪਣਾ ਸ਼ੁਰੂ ਹੋ ਗਿਆ ਹੈ, ਅਤੇ ਗਰਮੀ ਇੰਨੀ ਹੈ ਨਾ ਮੈਂ ਕੀ ਦੱਸਾਂ, ਇੰਨੀ ਗਰਮੀ 'ਚ ਸ਼ੂਟ ਕਰਨਾ ਪੈਂਦਾ ਨਾ, ਬੁਰਾ ਹਾਲ ਹੋ ਜਾਂਦਾ ਵਾ, ਕੱਪੜੇ ਗਿੱਲੇ ਹੋ ਜਾਂਦੇ ਆ, ਪਰ ਕੀ ਕਰੀਏ, ਕੱਪੜੇ ਨਾਲ ਵੈਸੇ ਲੈ ਜਾਈਦੇ ਆ, ਪਰ ਸ਼ੂਟ ਤਾਂ ਕਰਨਾ ਹੀ ਪੈਣਾ ਵਾ। ਅਤੇ ਭਾਅ ਜੀ ਕਹਿੰਦੇ ਇੱਕ ਵਾਰੀ ਪ੍ਰੈਕਟਿਸ ਕਰ ਲਓ ਕਿੱਦਾਂ ਕਿੱਦਾਂ ਕੀ ਕਰਨਾ ਵਾ, ਅਤੇ ਇੱਕ ਦੋ ਵਾਰੀ ਪ੍ਰੈਕਟਿਸ ਕਰਕੇ ਫਿਰ ਆਪਾਂ ਸ਼ੂਟ ਸ਼ੁਰੂ ਕਰੀਦਾ। ਫਿਰ ਵੀ ਟਾਈਮ ਲੱਗ ਜਾਂਦਾ ਵਾ, ਇੱਕ ਟੇਕ 'ਚ ਨਹੀਂ ਹੋ ਪਾਉਂਦਾ ਕਿਉਂਕਿ ਗਰਮੀ ਵੀ ਬੜੀ ਹੁੰਦੀ ਹੈ, ਨਾਲੇ ਵਾਈਬ ਜਿਹੜੀ ਬਾਹਰਲੀ ਵਾਈਬ ਆ ਉਹ ਵੱਖਰੀ ਹੁੰਦੀ ਹੈ, ਅਕੈਡਮੀ ਦੇ ਵਿੱਚ ਵਾਈਬ ਵੱਖਰੀ ਹੁੰਦੀ ਹੈ, ਅਤੇ ਇਸ ਕਰਕੇ ਥੋੜ੍ਹਾ ਜਿਹਾ ਟਾਈਮ ਲੱਗ ਹੀ ਜਾਂਦਾ ਵਾ, ਪਰ ਆਪਾਂ ਕਰ ਹੀ ਲੈਂਦੇ ਹਾਂ, ਗਰਮੀ ਵਿੱਚ ਕਰਨਾ ਹੀ ਪੈਂਦਾ ਵਾ ਕੰਮ ਵਾ ਹੁਣ।
ਅਤੇ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ, ਕਮੈਂਟ ਕਰਕੇ ਦੱਸਿਆ ਕਰੋ, ਅਤੇ ਆਪਣੇ ਜਿਹੜੇ ਪੁਰਾਣੇ ਵਲੋਗ ਆ ਜਿਹੜੇ ਆਪਾਂ ਪਾ ਚੁੱਕੇ ਦੇ ਹਾਂ ਉਹ ਜ਼ਰੂਰ ਵੇਖਿਆ ਕਰੋ। ਇੰਸਟਾਗ੍ਰਾਮ 'ਤੇ ਆਪਣੀ ਆਈ ਡੀ ਆ ਫਨ ਬੋਇਜ਼ 21 ਵਾਲੀ, ਉਹਦੇ 'ਤੇ ਤੁਸੀਂ ਵੀਡੀਓਜ਼ ਦੇਖਿਆ ਕਰੋ ਆਪਣੀਆਂ ਜਿਹੜੀਆਂ ਐਵਲੀਆਂ ਸ਼ੂਟ ਕਰਦੇ ਹਾਂ ਆਪਾਂ। ਜੇ ਤੁਹਾਨੂੰ ਨਹੀਂ ਪਤਾ ਤਾਂ ਤੁਸੀਂ ਪਲੀਜ਼ ਉੱਥੇ ਜਾ ਕੇ ਦੇਖਿਆ ਕਰੋ, ਅਤੇ ਯੂਟਿਊਬ ਚੈਨਲ ਐਚ ਵੀ ਓਪਨ ਸਟਾਈਲ ਹੈ, ਅਤੇ ਤੁਸੀਂ ਉਹਨੂੰ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਇੱਦਾਂ ਦੇ ਵਲੋਗ ਵੀਡੀਓਜ਼ ਵਗੈਰਾ ਤੁਹਾਨੂੰ ਜੇ ਤੁਸੀਂ ਵੇਖਣਾ ਚਾਹੁੰਦੇ ਹੋ ਤਾਂ ਆਪਾਂ ਜ਼ਰੂਰ ਉੱਥੇ ਪਾਉਂਦੇ ਰਹਿੰਦੇ ਹਾਂ, ਅਤੇ ਤੁਸੀਂ ਉੱਥੇ ਵੇਖ ਸਕਦੇ ਹੋ। ਬਾਕੀ ਮੈਂ ਤੁਹਾਨੂੰ ਐਪ ਮੈਨਸ਼ਨ ਕਰਤੀ ਆਈ ਡੀ, ਤੁਸੀਂ ਇੰਸਟਾਗ੍ਰਾਮ ਦੀ ਆਈ ਡੀ ਅਤੇ ਯੂਟਿਊਬ ਦੀ ਆਪਣੀ ਆਈ ਡੀ ਹੈ, ਅਤੇ ਤੁਸੀਂ ਜ਼ਰੂਰ ਦੇਖਿਆ ਕਰੋ। ਆਹ ਪੁੱਛਣਾ ਬਈ ਲੱਗ ਗਿਆ ਪਤਾ, ਓਕੇ ਅਸੀਂ ਚੱਕ ਕਰ ਲਿਆ ਵੇਖ ਲੈਂਦੇ ਭੈਣ ਕਿੰਨਾ ਸੋਹਣਾ ਕਰਨੇ ਆਪਾਂ। ਪਾਰ ਪਾਰ ਅੱਡੀਆਂ ਨੇ ਮਾਰ ਮਾਰ ਕੱਟੀਆਂ, ਚਲੋ ਠੀਕ ਹੈ ਬੜੀ ਵਧੀਆ ਬਣਾ ਪੂਰਾ ਖੁੱਲ ਪਰ ਗਾਣਾ ਹੈ ਦੂਜਾ ਹੋਰ ਹੈਗਾ। ਅਰੇ ਸ਼ਾਕਾ ਇਤਨੀ ਜਲਦੀ ਥੱਕ ਗਏ? ਮੇਰੇ ਕਰਨ ਅਰਜੁਨ ਆਏਗੇ, ਕਰਨ ਅਰਜੁਨ ਆਏਗਾ। ਵੀਡੀਓ ਬਣ ਗਈ ਹੈ ਨਾ, ਵੀਡੀਓ ਬਣ ਗਈ, ਚਲੋ ਘਰ ਆਉਂਦੇ ਨਹੀਂ ਹਟਦੇ ਨਹੀਂ ਓਏ ਯਾਰ ਓਏ ਬਾਲ ਕੱਟ ਉਹਨੂੰ। ਤਾਰਾ ਟੱਕੀਆਂ ਸੀ, ਮਾਈ ਲੈਗਸ ਨੰਗੀਆਂ ਸੀ, ਮਾਈ ਲੈਗਸ ਵਾਸ ਨੇਡ ਉਹ ਅੱਠ ਨੰਬਰ ਵਾਲੇ ਵਾਲੇ ਅੱਠੇ ਜੀ ਏਸੀ ਲਾਓ ਯਾਰ। ਅਰੇ ਸੁਨੀਲ ਯਾਰ ਮੇਰੇ ਬੰਦੋ ਕੋ ਪੇ ਤੇ ਤੂੰ ਏਸੀ ਕਿਉਂ ਨਹੀਂ ਲਗਵਾ ਲੈਤੇ? ਇਤਨੀ ਗਰਮੀ ਹੈ ਤੋ 5 ਸਟਾਰ ਮੇ ਜਾ ਕੇ ਚਾਹੇ ਪੀਓ ਨਾ ਬੇਟਾ, ਆਦਤ ਹੋ ਚੁੱਕੀ ਹੈ। ਕਿਸੇ ਨਹੀਂ ਪੇ ਹਮ ਵੀ ਗਰੀਬ ਹੁਆ ਕਰਤੇ ਰਾਤੋ ਰਾਤ, ਰਾਤੋ ਰਾਤ ਅਮੀਰ। ਇੱਕ ਸਕੀਮ ਹੈ ਮੇਰੇ ਪਾਸ, ਇਹ ਤੂੰ ਸਰਕ ਰਹੇ, ਤੂੰ ਸਰਕ ਰਹੇ, 21 ਦਿਨ ਮੈਂ ਪੈਸਾ ਡਬੂ, 21 ਦਿਨ ਜ਼ੋਰ ਜ਼ੋਰ ਸੇ ਬੋਲ ਕੇ ਲੋਕੋ ਕੋ ਸਕੀਮ ਬਤਾ ਦੇਗਾ। ਚੁਪਤੀ ਜਲਤੀ ਘਮੋਰੀਆ ਲਾ ਆਇਆ ਮੌਸਮ ਠੰਡੇ। ਹਾਂਜੀ ਪਹਿਲਵਾਨ ਜੀ, ਕੀ ਹੈ ਲੋ ਜੀ, ਇਸੇ ਦੇ ਨਾਲ ਹੀ ਗਰਮੀ ਦੇ ਵਿੱਚ ਇੱਕ ਸ਼ੂਟ ਹੋ ਗਿਆ ਅਤੇ ਦੂਜੇ ਸ਼ੂਟ ਦੀ ਤਿਆਰੀ ਹੋ ਰਹੀ ਹੈ। ਭਾਜੀ ਨੇ ਪਵਾ ਤੇ ਸਾਨੂੰ ਕੁੜਤੇ, ਭੰਗੜੇ ਵਾਲੀ ਵਰਦੀ ਪਾਉਣ ਦਾ ਡਿਸਾਈਡ ਹੋਇਆ ਸੀ ਪਹਿਲਾਂ, ਪਰ ਆਪਾਂ ਪੈਰੀ ਪੂਰੀ ਪਏ ਭਾਜੀ ਨਹੀਂ ਗਰਮੀ ਬਹੁਤ ਹੈ, ਪੈਂਟਾਂ ਦੇ ਨਾਲ ਕੁੜਤੇ ਲੈ ਲੈਂਦੇ ਹਾਂ, ਰੁਮਾਲ ਲੈ ਲੈਂਦੇ ਹਾਂ ਨਾਲ, ਅਤੇ ਭਾਜੀ ਮੰਨ ਗਏ ਆ ਫਾਈਨਲੀ, ਅਤੇ ਆਪਾਂ ਭੰਗੜੇ ਦੀ ਵੀਡੀਓ ਲੱਗੇ ਹਾਂ ਬਣਾਉਣ ਦੂਜੀ ਦੀ। ਚਾਚਾ ਬੜਾ ਦੁਖੀ ਆ ਸਾਡੇ ਕੋਲ, ਚਾਚਾ ਕਹਿੰਦਾ ਤੁਸੀਂ ਜਲਦੀ ਕਰ ਲਓ, ਬੜਾ ਟਾਈਮ ਲਾਉਂਦੇ ਹੋ, ਗਰਮੀ ਬਹੁਤ ਆ, ਗਰਮੀ ਬਹੁਤ ਆ, ਬਹੁਤ ਗਰਮੀ ਹੈ, ਬਸ ਕਰੋ। ਆਹ ਵੇਖ ਲਓ ਡਾਇਰੈਕਟਰ ਸਾਹਿਬ ਆਪਣੀ ਮੂਵੀ ਆ ਰਹੀ ਹੈ ਆਪਣੀ ਦਾ ਨੋਕ, ਇਹਨਾਂ ਨੂੰ ਮੈਸੇਜ ਕਰ ਦਿਓ ਤੁਸੀਂ। ਅਤੇ ਗਰਮੀ 'ਚ ਆਪਾਂ ਕੁੜਤੇ ਪਾ ਚੁੱਕੇ ਹਾਂ, ਬੜਾ ਬੁਰਾ ਹਾਲ ਆ, ਤੁਹਾਨੂੰ ਦੱਸ ਨਹੀਂ ਸਕਦੇ, ਪਰ ਵੀਡੀਓ ਬਣਾਉਣੀ ਪੈਣੀ ਹੈ। ਤੁਸੀਂ ਕਰ ਦਿਓ ਲਾਈਕ, ਕਰ ਦਿਓ, ਕਰ ਦਿਓ, ਕਰ ਦਿਓ। ਕਿਹਦਾ ਲੱਗਦਾ?
ਲਓ ਜੀ, ਬੁਰੇ ਹਾਲ ਹੋ ਗਏ ਆ। ਤੁਸੀਂ ਵੇਖ ਹੀ ਲਿਆ ਵਾ ਵੀਡੀਓ ਦੇ ਵਿੱਚ ਕੀ ਬੁਰਾ ਹਾਲ ਹੋ ਗਿਆ। ਵੀਡੀਓ ਬਣਾਉਣੀ ਸੌਖੀ ਨਹੀਂ ਹੈਗੀ, ਬੜੀ ਔਖੀ ਆ, ਖਾਸ ਕਰਕੇ ਗਰਮੀਆਂ 'ਚ ਬੁਰਾ ਹਾਲ ਆ। ਘਬਰਾਹਟ ਹੁੰਦੀ ਆ, ਪਹਿਲੀ ਵਾਰੀ ਹੋਇਆ ਵੈਸੇ ਘਬਰਾਹਟ, ਵਰਦੀਆਂ ਪਾਈਆਂ ਹਰੇ ਤਾਂ ਕਰਕੇ। ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਯਾਰ, ਕਹਿਣ ਦੀ ਲੋੜ ਨਾ ਪਈ ਵੈਸੇ ਤੁਹਾਨੂੰ, ਕਰ ਦਿਆ ਕਰੋ ਆਪੇ ਹੀ, ਕਿਉਂਕਿ ਤੁਹਾਡੇ ਵਾਸਤੇ ਹੀ ਇੰਟਰਟੇਨਿੰਗ ਵੀਡੀਓਸ ਲੈ ਕੇ ਆਉਂਦੇ ਹਾਂ ਆਪਾਂ, ਅਤੇ ਇੰਨੀ ਮਿਹਨਤ ਕਰਦੇ ਹਾਂ। ਅਤੇ ਬਾਕੀ ਤੁਹਾਡਾ ਪਿਆਰ ਹੀ ਚਾਹੀਦਾ, ਪਿਆਰ ਕਰਦੇ ਰਿਹਾ ਕਰੋ ਵੀਡੀਓ ਨੂੰ, ਸਾਨੂੰ ਪਿਆਰ ਕਰਦੇ ਰਿਹਾ ਕਰੋ। ਅਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਖੁਸ਼ ਰਹੋ ਸਾਰੇ, ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਸ਼ੱਕਰ ਭਾਰਾ ਵੀ ਨਾਲ।